6 ਮਹੀਨੇ ਹੋ ਗਏ ਸੀਗੇ ਕੈਨੇਡਾ ਗਏ ਨੂੰ, ਤੇ ਅੱਜ ਆਇਆ ਕੈਨੇਡਾ ਤੋਂ। ਇਹ ਤੇਰੀ ਕੋਈ ਚੀਜ਼ ਲੋੜ ਪੈ ਗਈ ਆਪਣੀ ਕੁੜੀ ਦੀ ਗੱਡੀ 'ਚ ਨਾ, ਟਾਕੀ ਖੜੀ 'ਚ ਘਰ ਕੋਲ ਬੈਗ ਮਾਰੀ ਦੇ। ਹਾਂਜੀ ਗਾਇਸ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ, ਮੇਰਾ ਚੈਨਲ ਗੁਰਸਿੱਧੂ ਪੀਵੀ 23। ਕਦੇ ਜਨਮ ਦਿਨ 'ਤੇ ਜਾ ਰਹੇ ਹਾਂ, ਉਹਨਾਂ ਨੇ ਮਹਾਰਾਜਾ ਜੀ ਦਾ ਪ੍ਰਕਾਸ਼ ਕਰਾਇਆ ਹੋਇਆ ਅਤੇ ਅਸੀਂ ਉੱਥੇ ਜਨਮ ਦਿਨ 'ਤੇ ਸੈਲੀਬ੍ਰੇਟ ਕਰਾਂਗੇ, ਆਪਾਂ ਮਿਲ ਕੇ ਜਨਮ ਦਿਨ ਇਕੱਠੇ ਮਨਾਵਾਂਗੇ। ਤੁਸੀਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ। ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਣਾ। ਲਓ ਜੀ ਪਹੁੰਚ ਗਏ ਅਸੀਂ ਗੁਰਦੁਆਰਾ। ਟਿੰਕੂ ਆ ਗਿਆ। ਹੋਰ ਜੀ ਟਿੰਕੂ ਕਿੱਧਰ ਆਈ? ਟਿੰਕੂ ਦੂਰੀ ਹੋਣੇ ਵਾਲਾ। ਅੱਛਾ ਜੀ, ਆਜੋ ਚਾਹ ਸਕੋ। ਕੋਈ ਗੱਲ ਨਹੀਂ, ਆਜੋ ਆਜੋ ਆਜੋ। ਪੁਰਾਣੇ ਸਾਜਾਂ ਨਾਲ ਕੀਰਤਨ ਹੋ ਰਿਹਾ ਹੈ ਔਰ ਉਹਨਾਂ ਇਹਨਾਂ ਕੋਲ ਕੀਰਤਨੀਆਂ ਕੋਲ ਬੈਠ ਕੇ ਬਾਈ ਇਹੋ ਜਿਹੀ ਫੀਲਿੰਗ ਆਉਂਦੀ ਹੈ ਜਿਵੇਂ ਆਪਾਂ ਜਾ ਕੇ ਦਰਬਾਰ ਸਾਹਿਬ ਜਾ ਕੇ ਆਪਾਂ ਕੀਰਤਨ ਸੁਣਦੇ ਹੁੰਦੇ ਹਾਂ, ਐਵੇਂ ਦੀ ਫੀਲਿੰਗ ਆ ਰਹੀ ਸੀ। ਕਿੰਨਾ ਆਨੰਦ ਆਉਂਦਾ, ਤੁਸੀਂ ਦੇਖਿਆ ਕਿੰਨਾ ਵਧੀਆ ਲੱਗਦਾ ਕਿ ਬਾਈ ਬਹੁਤ, ਮੈਨੂੰ ਤਾਂ ਵਧੀਆ ਲੱਗਿਆ। ਬਾਕੀ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਦੱਸਿਓ। ਲਓ ਜੀ ਅਸੀਂ ਹੋ ਗਏ ਹੁਣ ਫ੍ਰੀ, ਅਸੀਂ ਚੱਲੇ ਹਾਂ ਆਪਣੇ ਪਿੰਡ ਨੂੰ। ਜਨਮ ਦਿਨ ਮਨਾਇਆ ਹੈ, ਕੇਕ ਪਰ ਕਟਾਇਆ ਨਹੀਂ ਕਿਉਂਕਿ ਕੇਕ ਉਹ ਕਹਿੰਦੇ ਥੋੜ੍ਹਾ ਲੇਟ ਕੱਟਣਾ। ਮੈਂ ਕਿਹਾ ਬਾਈ ਫਿਰ ਅਸੀਂ ਹੁਣ ਜਾਣਾ ਅਤੇ ਕੇਕ ਕੱਟ ਨਹੀਂ ਹੋਇਆ ਉਹਨਾਂ ਦਾ, ਲੇਟ ਹੋ ਗਏ ਅਤੇ ਕਹਿੰਦੇ ਬਾਈ ਉਹਦੇ ਕਰਕੇ ਕੇਕ ਨਹੀਂ ਕੱਟਿਆ। ਅਤੇ ਹੁਣ ਅਸੀਂ ਚੱਲੇ ਹਾਂ ਆਪਣੇ ਪਿੰਡ ਨੂੰ, ਮਿਲਦੇ ਹਾਂ ਹੁਣ ਜਾ ਕੇ ਫਿਰ ਪਿੰਡ। ਪਿੰਡ ਜਾ ਕੇ ਬਣਾਵਾਂਗੇ ਆਪਣਾ ਬਲੌਗ। ਓਕੇ ਜੀ, ਲੈ ਭਾਈ ਹੁਣ ਆਪਣੇ ਪਿੰਡ ਪਹੁੰਚਦੇ ਹਾਂ, ਪਿੰਡ ਪਹੁੰਚ ਕੇ ਕਰਦੇ ਹਾਂ ਗੱਲਬਾਤ ਕੋਈ। ਲੈ ਭਾਈ ਮਸ਼ੀਨਾਂ ਵਾਲਿਆਂ ਨੇ ਵੀ ਕਰਤੀ ਤਿਆਰੀ, ਖਿੱਚਤੀ ਤਿਆਰੀ, ਕੰਬਾਈਨਾਂ ਹੋ ਗਈਆਂ ਤਿਆਰ। ਲੈ ਜਾਂਦੇ ਨੇ ਲਈ 5-4 ਦਿਨ ਵਧੀਆ ਧੁੱਪ ਲੱਗ ਗਈ, ਬਾਰਿਸ਼ ਬੁਰਸ਼ ਨਾ ਪਈ ਤਾਂ ਬਾਈ ਜੀਰੀਆਂ ਨੇ ਐਨ ਤਿਆਰ ਹੋ ਜਾਣਾ। ਹੁਣ ਦੇ ਪਰਸੋਂ ਦਾ
ਦਿਨ ਛਿਪ ਗਿਆ ਦੇਖ ਲਓ 5:30 ਹੋਏ ਨੇ ਹਲੇ ਯਾਨੀ ਕਿ ਹੁਣ ਪਤਾ ਲੱਗਣ ਲੱਗ ਗਿਆ ਵੀ ਭਾਈ ਮੌਸਮ ਚੇਂਜ ਹੋ ਗਿਆ ਇਹਨਾਂ ਤੋਂ ਥੋੜ੍ਹਾ ਜਿਹਾ ਸਮਾਨ ਲੈਣਾ ਆਪਾਂ ਨੇ ਦੇਖਦੇ ਹਾਂ ਜੇ ਮਿਲਿਆ ਆਪਾਂ ਲੈ ਕੇ ਚੱਲਦੇ ਹਾਂ ਫਿਰ ਆਪਾਂ ਵਾਲੀ ਸਪਰੇ ਹੈਗੀ ਆ ਸਪਰੇ ਐਂਜੋ ਜਾਂ ਹੋਰ ਹੋਵੇ ਕੋਈ ਨਹੀਂ ਹੈ ਕਾਲਾ ਨਹੀਂ ਹੈ ਕੋਈ ਵੀ ਨਹੀਂ ਹੈਗੀ ਬਾਜ਼ਾਰ 'ਚ ਜਾਣਾ ਪਊਗਾ ਨਾ ਨਹੀਂ ਬਾਈ ਇਹਨਾਂ ਕੋਲ ਨਹੀਂ 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 ਹੋਰ ਦੇਖਦੇ ਹਾਂ ਕਿਸੇ ਤੋਂ ਤੁਹਾਨੂੰ ਵਧੀਆ ਲੱਗਦਾ ਦੇਖੋ ਹੁਣ ਹੁਣ ਸ਼ਾਮ ਨੂੰ ਵਧੀਆ ਮੌਸਮ ਵਧੀਆ ਮੌਸਮ ਹੋ ਗਿਆ ਪਤਾ ਨਹੀਂ ਬਾਬਾ ਮੱਥਾ ਟੇਕ ਰਿਹਾ ਵਿਚਾਰਾ ਪਤਾ ਨਹੀਂ ਹੁਣ ਚੱਲਦੇ ਹਾਂ ਆਪਾਂ ਆਪਣੇ ਪਿੰਡ ਨੂੰ ਇੱਥੇ ਮੈਨੂੰ ਫਿਰਦੇ ਫਿਰਦੇ ਨੂੰ ਇਹ ਦੇਖੋ ਹਨੇਰਾ ਹੋ ਗਿਆ ਸਾਰੇ ਹੀ ਇੱਥੇ ਮੈਨੂੰ ਮਿਲਾ 10 ਮਿੰਟ ਹੋਏ ਨੇ ਮੈਂ ਹੁਣ ਬਸ ਘਰ ਨੂੰ ਤੁਰਨ ਅੱਗੇ ਇੱਥੇ ਮਾੜਾ ਜਿਹਾ ਬਾਜ਼ਾਰ 'ਚ 5 ਮਿੰਟ ਵਾਸਤੇ ਖੜਾ ਮੈਂ ਇੰਨੇ ਬਸ ਹਨੇਰਾ ਹੋ ਗਿਆ ਬਾ ਹੁਣ ਜਾਣੀ ਕਿ ਦਿਨ ਬਸ 10 ਮਿੰਟਾਂ 'ਚ ਦਿਨ ਛਿਪਕ ਗਿਆ ਦਿਨ ਛੋਟੇ ਹੋ ਗਏ ਹੁਣ ਅਤੇ ਕੱਲ੍ਹ ਤੋਂ ਸਕੂਲ ਵੀ ਲੱਗ ਗਏ ਟਾਈਮ ਚੇਂਜ ਹੋ ਗਿਆ ਸਕੂਲ ਦਾ 1/2 ਘੰਟਾ ਵੀਰ ਨਾ ਕਨੇਡਾ ਤੋਂ ਆਇਆ ਮੇਰੇ ਆਪਣਾ ਭਰਾ ਹੈ ਮੇਰਾ ਤਾਏ ਜੀ ਦਾ ਮੇਰੇ ਤਾਏ ਦਾ ਬੇਟਾ 6 ਮਹੀਨੇ ਹੋ ਗਏ ਸੀਗੇ ਕਨੇਡਾ ਗਏ ਨੂੰ ਅਤੇ ਅੱਜ ਆਇਆ ਕਨੇਡਾ ਤੋਂ ਅਤੇ ਤੁਹਾਨੂੰ ਵੀ ਮਿਲਾਉਣਾ ਮੈਂ ਚਲੋ ਆਪਾਂ ਚੱਲਦੇ ਹਾਂ ਮਿਲਣ ਜੇ ਤੇਰੀ ਕੋਈ ਚੀਜ਼ ਲੋੜ ਪੈ ਗਈ ਆਪਣੀ ਕੁੜੀ ਦੀ ਗੱਡੀ 'ਚ ਨਾ ਟਾਕੀ ਖੜੀ 'ਚ ਘਰ ਕੋਲ ਬੈਗ ਮਾਰੀ ਦੇ ਗੁਆਂਢੀਆਂ ਦੀ ਬੁੜੀ ਨੇ ਪਿਛਲੀ ਟਾਕੀ ਬੈਂਡ ਹੋ ਗਈ ਉਹਦੇ ਵੀ ਟਾਕੀ ਪਊਗੀ ਕੁੜੀ ਦਾ ਕਹਿੰਦੀ ਵੀ ਰਹਿਣ ਦੇ ਵੀ ਮੈਂ ਤੈਨੂੰ ਪੈਸੇ ਦੇ ਦੂੰਗਾ ਫਿਰ ਕਹਿੰਦੀ ਵੀ ਉਹ ਟਾਕੀ $1500 ਦੀ ਕਹਿੰਦੀ ਵੀ ਮੈਂ ਤੈਨੂੰ 400-500 ਦੇ ਦਿੰਦੀ ਕੁੜੀ ਕਹਿੰਦੀ ਮੈਂ ਕਾਹਨੂੰ ਉਹ ਕਰਨਾ ਉਹਨੇ ਬਣਾ ਉਹਨੂੰ MBA ਨੂੰ ਦੱਸਿਆ ਬਾਈ ਸਾਡਾ ਕੈਨੇਡਾ ਤੋਂ ਆਇਆ ਅੱਜ ਬਾਈ ਪੁੱਠੇ ਕਮਰਾ ਗੜੀ ਆ ਇਹ ਵੀਰ ਸਾਡਾ ਕੈਨੇਡਾ ਆਇਆ ਅੱਜ ਬੰਦਾ ਲਿਆਂਦਾ ਇੱਕ ਫੜ ਕੇ ਬੰਦਾ ਲਿਆਇਆ ਫੜ ਕੇ ਹੈਂ ਲੈ ਹੋਰ ਲਾਉਂਦਾ